ਤਾਂ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਹੋਈ। ਆਈਲੈਟਸ ਸੈਂਟਰ ਤੇ ਗੋਲੀਆਂ ਚੱਲੀਆਂ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਵਾਰਦਾਤ ਕੈਦ ਹੋਈ ਹੈ। ਇੱਕ ਸ਼ਖਸ ਮੂੰਹ ਲੁਕੋ ਕੇ ਆਇਆ, ਜਿਸ ਦੇ ਵੱਲੋਂ ਪਿਸਤੌਲ ਦੇ ਨਾਲ ਆਈਲੈਟਸ ਸੈਂਟਰ ਤੇ ਗੋਲੀਆਂ ਚਲਾਈਆਂ ਗਈਆਂ ਨੇ। ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਬੱਸ ਅੱਡੇ ਦੇ ਸਾਹਮਣੇ ਇਹ ਸੈਂਟਰ ਹੈ, ਜਿੱਥੇ ਦਿਨ ਦਿਹਾੜੇ ਇਸ ਸ਼ਖਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਆਈਲੈਟਸ ਸੈਂਟਰ ਦੇ ਸ਼ੀਸ਼ੇ ਟੁੱਟ ਗਏ ਨੇ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਆਰੰਭ ਦਿੱਤੀ। ਤਾਂ ਬਟਾਲਾ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਕਾਫੀ ਨੌਜਵਾਨ ਇਸ ਆਈਲੈਟਸ ਸੈਂਟਰ ਦੇ ਵਿੱਚ ਆਉਂਦੇ ਨੇ। ਗਣੀਮਤ ਰਹੀ ਕਿ ਕਿਸੇ ਦੇ ਗੋਲੀ ਨਹੀਂ ਵੱਜੀ, ਪਰ ਸੈਂਟਰ ਦੇ ਸ਼ੀਸ਼ੇ ਭੰਨੇ ਗਏ ਨੇ। ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਇੱਕ ਸ਼ਖਸ ਮੂੰਹ ਲੁਕੋ ਕੇ ਆਇਆ, ਜਿਸ ਦੇ ਵੱਲੋਂ ਸਿੱਧਾ ਨਿਸ਼ਾਨਾ ਆਈਲੈਟਸ ਸੈਂਟਰ ਤੇ ਵਿੰਨਿਆ ਗਿਆ, ਜਿਸ ਤੋਂ ਬਾਅਦ ਤਾਬੜਤੋੜ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਿਆ ਔਰ ਪੂਰੀ ਵਾਰਦਾਤ ਕੈਮਰੇ ਦੇ ਵਿੱਚ ਕੈਦ ਹੋਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸਣ ਮੁਤਾਬਿਕ ਕੁਝ ਲੋਕ ਬਾਈਕ ਤੇ ਆਏ ਸੀ, ਜਿਨ੍ਹਾਂ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ। ਇੱਕ ਸ਼ਖਸ ਆਇਆ, ਜਿਸ ਨੇ ਪਿਸਤੌਲ ਕੱਢਿਆ, ਆਈਲੈਟਸ ਸੈਂਟਰ ਦੇ ਬਾਹਰ ਖੜ ਕੇ ਗੋਲੀਆਂ ਚਲਾਈਆਂ ਔਰ ਮੌਕੇ ਤੋਂ ਫਰਾਰ ਹੋ ਗਿਆ। ਇਹ ਜੀ, ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਗੋਲੀ ਚੱਲੀ ਅੱਜ, ਅਤੇ ਇੱਥੇ ਮੌਕੇ 'ਤੇ ਆਏ ਹਾਂ ਅਤੇ ਮੌਕੇ 'ਤੇ ਵੈਰੀਫਾਈ ਕਰਦੇ ਪਏ ਹਾਂ, ਅਤੇ ਜਲਦ ਤੋਂ ਜਲਦ ਇਹ ਦੋਸ਼ੀਆਂ ਨੂੰ ਫੜ ਕੇ ਅਤੇ ਉਹਨਾਂ ਨੂੰ ਇਹ ਜੀ ਆਪਾਂ ਹਜੇ ਤਾਂ ਆਪਾਂ ਇਹੀ ਵੇਖਦੇ ਪਏ ਹਾਂ ਕਿ ਇੱਥੇ ਗੋਲੀ ਚੱਲੀ ਹੈ, ਅਤੇ ਆਪਾਂ ਵੈਰੀਫਾਈ ਕਰਦੇ ਪਏ ਹਾਂ, ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਹਾਂ, ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਹਾਂ ਆਪਾਂ। ਨੁਕਸਾਨ ਕੋਈ ਜਾਨੀ ਤਾਂ ਨਹੀਂ ਹੋਇਆ, ਅਤੇ ਵੈਸੇ ਇੱਥੇ ਆਪਣਾ ਸ਼ੀਸ਼ੇ 'ਤੇ ਵੱਜਣ ਕਰਕੇ ਆਪਣਾ ਸ਼ੀਸ਼ਾ ਇਹ ਟੁੱਟਿਆ ਵਾ, ਅਤੇ ਬਾਕੀ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇੱਥੇ, ਅਤੇ ਇਮੀਗ੍ਰੇਸ਼ਨ ਇੱਥੇ ਅਤੇ ਬੱਚੇ ਇੱਥੇ ਪੜ੍ਹਨ ਆਉਂਦੇ ਆ। ਤਾਂ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਹੋਈ। ਆਈਲੈਟਸ ਸੈਂਟਰ 'ਤੇ ਗੋਲੀਆਂ ਚੱਲੀਆਂ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਵਾਰਦਾਤ ਕੈਦ ਹੋਈ ਹੈ। ਇੱਕ ਸ਼ਖਸ ਮੂੰਹ ਲੁਕੋ ਕੇ ਆਇਆ, ਜਿਸ ਦੇ ਵੱਲੋਂ ਪਿਸਤੌਲ ਦੇ ਨਾਲ ਆਈਲੈਟਸ ਸੈਂਟਰ 'ਤੇ ਗੋਲੀਆਂ ਚਲਾਈਆਂ ਗਈਆਂ ਨੇ। ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਬੱਸ ਅੱਡੇ ਦੇ ਸਾਹਮਣੇ ਇਹ ਸੈਂਟਰ ਹੈ, ਜਿੱਥੇ ਦਿਨ ਦਿਹਾੜੇ ਇਸ ਸ਼ਖਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਆਈਲੈਟਸ ਸੈਂਟਰ ਦੇ ਸ਼ੀਸ਼ੇ ਟੁੱਟ ਗਏ ਨੇ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਆਰੰਭ ਦਿੱਤੀ। ਤਾਂ ਬਟਾਲਾ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਕਾਫੀ ਨੌਜਵਾਨ ਇਸ ਆਈਲੈਟਸ ਸੈਂਟਰ ਦੇ ਵਿੱਚ ਆਉਂਦੇ ਨੇ। ਗਣੀਮਤ ਰਹੀ ਕਿ ਕਿਸੇ ਦੇ ਗੋਲੀ ਨਹੀਂ ਵੱਜੀ, ਪਰ ਸੈਂਟਰ ਦੇ ਸ਼ੀਸ਼ੇ ਭੰਨੇ ਗਏ ਨੇ। ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਇੱਕ ਸ਼ਖਸ ਮੂੰਹ ਲੁਕੋ ਕੇ ਆਇਆ, ਜਿਸ ਦੇ ਵੱਲੋਂ ਸਿੱਧਾ ਨਿਸ਼ਾਨਾ ਆਈਲੈਟਸ ਸੈਂਟਰ ਤੇ ਵਿੰਨਿਆ ਗਿਆ, ਜਿਸ ਤੋਂ ਬਾਅਦ ਤਾਬੜਤੋੜ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਿਆ ਔਰ ਪੂਰੀ ਵਾਰਦਾਤ ਕੈਮਰੇ ਦੇ ਵਿੱਚ ਕੈਦ ਹੋਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸਣ ਮੁਤਾਬਿਕ ਕੁਝ ਲੋਕ ਬਾਈਕ ਤੇ ਆਏ ਸੀ, ਜਿਨ੍ਹਾਂ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ। ਇੱਕ ਸ਼ਖਸ ਆਇਆ, ਜਿਸ ਨੇ ਪਿਸਤੌਲ ਕੱਢਿਆ, ਆਈਲੈਟਸ ਸੈਂਟਰ ਦੇ ਬਾਹਰ ਖੜ ਕੇ ਗੋਲੀਆਂ ਚਲਾਈਆਂ ਔਰ ਮੌਕੇ ਤੋਂ ਫਰਾਰ ਹੋ ਗਿਆ। ਇਹ ਜੀ, ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਗੋਲੀ ਚੱਲੀ ਅੱਜ, ਅਤੇ ਇੱਥੇ ਮੌਕੇ 'ਤੇ ਆਏ ਹਾਂ ਅਤੇ ਮੌਕੇ 'ਤੇ ਵੈਰੀਫਾਈ ਕਰਦੇ ਪਏ ਹਾਂ, ਅਤੇ ਜਲਦ ਤੋਂ ਜਲਦ ਇਹ ਦੋਸ਼ੀਆਂ ਨੂੰ ਫੜ ਕੇ ਅਤੇ ਉਹਨਾਂ ਨੂੰ ਇਹ ਜੀ ਆਪਾਂ ਹਜੇ ਤਾਂ ਆਪਾਂ ਇਹੀ ਵੇਖਦੇ ਪਏ ਹਾਂ ਕਿ ਇੱਥੇ ਗੋਲੀ ਚੱਲੀ ਹੈ, ਅਤੇ ਆਪਾਂ ਵੈਰੀਫਾਈ ਕਰਦੇ ਪਏ ਹਾਂ, ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਹਾਂ, ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਹਾਂ। ਨੁਕਸਾਨ ਕੋਈ ਜਾਨੀ ਤਾਂ ਨਹੀਂ ਹੋਇਆ, ਅਤੇ ਵੈਸੇ ਇੱਥੇ ਆਪਣਾ ਸ਼ੀਸ਼ੇ 'ਤੇ ਵੱਜਣ ਕਰਕੇ ਆਪਣਾ ਸ਼ੀਸ਼ਾ ਇਹ ਟੁੱਟਿਆ ਵਾ, ਅਤੇ ਬਾਕੀ ਇਹ ਜੀ
ਇਮੀਗ੍ਰੇਸ਼ਨ ਸੈਂਟਰ ਹੈਗਾ ਇੱਥੇ, ਅਤੇ ਇਮੀਗ੍ਰੇਸ਼ਨ ਇੱਥੇ ਬੱਚੇ ਇੱਥੇ ਪੜ੍ਹਨ ਆਉਂਦੇ ਆ।